गुरु जी ने जुर्माना देण तो साफ इनकार कर दिता। जहांगीर दे सती कपड़ी अग लग गई। उसने गुरु अर्जन देव जी नू चंदू दे हवाले कर दिता अते सख्ती नाल पेश आउण लई कहा। चंदू दी नू गुरु घर नाल बहुत प्रेम रखती सी। ओ मौके दी ताक विच सी कि कदों समा मिले मैं गुरु जी नू भोजन छका के आवां। अद्धी राती दे समय ओ दुध दा कटोरा अते भोजन लै के सिपाहियां नू रिश्वत दे के गुरु जी दे पास पहुंच गई। चंदू दी सिदक दी पूरी
ਜਿਨ ਲਿਆਈ ਪੂਰਾ ਲਈ ਗੁਰੂ ਪੰਜਵੇਂ ਓ ਗੁਰੂ ਪੰਜਵੇਂ ਪਾਤਸ਼ਾਹ ਬੋਲੇ ਗੁਰੂ ਪੰਜਵੇਂ ਗੁਰੂ ਪੰਜਵੇਂ ਪਾਤਸ਼ਾਹ ਬੋਲੇ ਪੁੱਤਰੀ ਤੂੰ ਇਹ ਕੀ ਕਰਿਆ ਤੇਰੀ ਸੇਵਾ ਦੇ ਤੇਰੀ ਸੇਵਾ ਦੇ ਮੈਂ ਜਾਵਾਂ ਭਲੇ ਹਾਰੇ ਕੁਝ ਨਹੀਂ ਅਸਾਂ ਨੀ ਛਕਣਾ ਤੇਰੇ ਸਹੁਰੇ ਦੀ ਕਮਾਈ ਵਿੱਚੋਂ ਬਣਿਆ ਤੇਰੇ ਸਹੁਰੇ ਦੀ ਕਮਾਈ ਵਿੱਚੋਂ ਬਣਿਆ ਕੁਝ ਨਹੀਂ ਅਸਾਂ ਨੀ ਖਾਵਣਾ ਚੰਦੂ ਲਾਲ ਰੇ ਬਦਲਾ ਸੁਣ ਸੁਣ ਭੁੱਬਾਂ ਮਾਰੀਆਂ ਸਿਰ ਰੱਖਿਆ ਗੁਰਾਂ ਦੇ ਚਰਨੀ ਪੁੱਛੇ ਕਦੋਂ ਤੱਕ ਝੁੱਲਣੀ ਨੇਰੀ ਦੁੱਖਾਂ ਦੀ ਪੀੜ ਚੱਲ ਹੋਵੇ ਨਾ ਪਾਪੀਆਂ ਨੇ ਲੋੜਾ ਮਾਰਿਆ ਛੇਤੀ ਡੁੱਬਣਾ ਰਾਜੀਏ ਜ਼ੁਲਮ ਦਾ ਛੇਤੀ ਡੁੱਬਣਾ ਰਾਜੀਏ ਜ਼ੁਲਮ ਦਾ ਰੱਬ ਸੁਣੂ ਅਰਜ਼ ਮੇਰੀ ਗੱਲਾਂ ਸੁਣ ਕੇ ਉਹ ਗੱਲਾਂ ਸੁਣ ਕੇ ਗੁਰਾਂ ਨੇ ਆਖਿਆ ਗੱਲਾਂ ਸੁਣ ਕੇ ਗੁਰਾਂ ਨੇ ਆਖਿਆ ਸਮਾਂ ਬੜਾ ਨੇੜੇ ਆ ਗਿਆ ਜਿੱਤ ਸੱਚ ਦੀ ਆਪਣੇ ਵਾਹਿਗੁਰੂ ਕਹਿਣਾ ਪਤਾ ਜੀ ਦੇ ਬਿਨਾਂ ਚੁੱਲੇ ਨਾ ਉਸ ਰੱਬ ਦੇ ਪਾਣੇ ਨੂੰ ਮਿੱਠਾ ਮੰਨਣਾ ਉਸ ਰੱਬ ਦੇ ਪਾਣੇ ਨੂੰ ਮਿੱਠਾ ਮੰਨਣਾ ਸਿਰ ਉੱਤੇ ਹੱਥ ਰੱਖ ਕੇ ਗੁਰੂ ਪੰਜਵੇਂ ਤੋਰ ਦੇ ਘਰ ਨੂੰ ਤੁਰੀ ਜਾਵੇ ਘਰ ਵੱਲ ਨੂੰ ਇੱਕੋ ਘਰ ਦੇ ਅੰਦਰ ਕੋਈ ਬਦਲੇ ਲੈਂਦਾ ਏ ਗਿਣ ਗਿਣ ਕੇ ਕੋਈ ਰਹੇ ਸੇਵਾ ਕਰਦਾ ਵੀਰਨਾ ਵੇਖ ਘਰਾਂ ਲੋਕੀ ਰੋਂਦੇ ਬੱਚੇ ਪੀਰਨਾ ਅਗਲੀ ਸਵੇਰ ਦੀਵਾਨ ਚੰਦੂ ਲਾਲ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਲੋਹ ਗਰਮ ਕਰਕੇ ਗੁਰੂ ਜੀ ਨੂੰ ਉੱਤੇ ਬਿਠਾਇਆ ਜਾਵੇ ਅਤੇ ਗਰਮ ਗਰਮ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਜੀ ਦੇ ਸਰੀਰ ਉੱਤੇ ਪਾਏ ਜਾਣ। ਪਾਪੀਆਂ ਦੇ ਇਸ ਕਹਿਰ ਨੂੰ ਪੰਜਵੇਂ ਪਾਤਸ਼ਾਹ ਨੇ ਰੱਬੀ ਪਾਣਾ ਮੰਨ ਕੇ ਆਪਣੀ ਸੁਰਤ ਵਾਹਿਗੁਰੂ ਨਾਲ ਜੋੜ ਲਈ। Oh!
अगले दिन चंदू ने गुरुजी दे छाले छाले होए शरीर नू वेख के क्या कि हाले भी वेड़ा है, मन जावो। पर अकाल पुरख दे नाल सुरती जोड़े होए गुरुजी ने चंदू नू कहा कि असी रावी दरिया विच इश्नान करना चाहुंदे हां। गुरुजी नू रावी दे कंडे ल्यांदा गया। जानी जान गुरुजी जो कि आप ही शहीदी देन आए सन, अपने साथी सिंघां नू आखरी संदेश विच इउं कहन लगे।
ਇੱਕ ਪ੍ਰਾਣੀ ਨੂੰ ਸੁਲਝਾਇਓ ਨਾਲ ਪਿਆਰ ਦੇ ਉਲਜੀ ਕੋਈ ਤਾਣੀ ਨੂੰ ਉਹਦੇ ਕੋਲ ਵਾਪਸ ਜਾਣਾ ਉਹਦੇ ਕੋਲ ਵਾਪਸ ਜਾਣਾ ਜੀਨੇ ਅਸੀਂ ਇਕੱਲੇ ਹਾਂ ਧਰਮ ਦੀ ਬਾੜੀ ਲਹੂ ਦੇ ਨਾਲ ਸਿੰਜ ਚੱਲੇ ਹਾਂ ਧਰਮ ਦੀ ਬਾੜੀ ਲਹੂ ਦੇ ਨਾਲ ਸਿੰਜ ਚੱਲੇ ਹਾਂ ਧਰਮ ਦੀ ਰਾਖੀ ਕਰਨਾ ਫੜਦੇ ਜੋ ਕੌਮਾਂ ਦੀ ਰਾਖੀ ਦੇ ਲਈ ਫਾਂਸੀ ਤੋਂ ਚੜ੍ਹਦੇ ਜੋ ਕੌਮਾਂ ਦੀ ਰਾਖੀ ਦੇ ਲਈ ਫਾਂਸੀ ਤੇ ਚੜ੍ਹਦੇ ਜੋ ਉਹੀ ਨੇ ਜਿਉਂਦੇ ਆਪਣੇ ਪੈਰਾਂ ਤੇ ਖੜਦੇ ਜੋ ਸਿਵਿਆ ਏ ਸੱਚ ਦੀਆਂ ਗੱਲਾਂ ਸਿਵਿਆ ਏ ਸੱਚ ਦੀਆਂ ਗੱਲਾਂ ਸਭ ਨੂੰ ਕਹਿ ਚੱਲੇ ਹਾਂ ਧਰਮ ਦੀ ਬਾੜੀ ਲਹੂ ਦੇ ਨਾਲ ਸਿੰਝ ਚੱਲੇ ਹਾਂ ਧਰਮ ਦੀ ਬਾੜੀ ਲਹੂ ਦੇ ਨਾਲ ਸਿੰਝ ਚੱਲੇ ਹਾਂ ਧਰਮ ਦੀ ਰਾਖੀ ਕਰਨਾ।